ਇੰਟਰਨੈਟ ਦੇ ਲਗਾਤਾਰ ਵਧਦੇ ਪ੍ਰਭਾਵ ਦੇ ਨਾਲ ਸਾਈਬਰ ਕ੍ਰਾਈਮ ਦੇ ਕੇਸ ਵੀ ਲਗਾਤਾਰ ਵਧੇ ਜਾ ਰਹੇ ਨੇ ਉਹ ਇਸ ਦੇ ਮਧੇ ਰਜਲ ਜਾਗਰੂਕਤਾ ਦਿ ਲਈ ਚੰਡੀਗੜ੍ਹ ਦੇ ਐਸਜੀ ਕਾਲਜ ਦੇ ਵਿਦਿਆਰਥੀ ਸਾਈਬਰ ਇੰਟਰਨ ਵਜੋਂ ਵੀ ਕੰਮ ਕਰ ਰਹੇ ਨੇ ਲੋਕਾਂ ਨੂੰ ਵੱਖ-ਵੱਖ ਸਾਈਬਰ ਕ੍ਰਾਈਮ ਤੇ ਉਸ ਦੇ ਪ੍ਰਭਾਵਾਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਸੀ ਮੌਜੂਦਾ ਸਾਈਬਰ ਇੰਟਰਨਸ ਤੇ ਸਾਈਬਰ ਸਿਕਿਉਰਿਟੀ ਦੇ ਜੋ ਸਟੂਡੈਂਟ ਇਸ ਟਾਈਮ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਕੁਝ ਵੈਸਿਨਿਟੀਆਂ ਵਿੱਚ ਜਾਂਦੇ ਨੇ ਚੰਡੀਗੜ੍ਹ ਦੇ ਏਰੀਆਜ਼ ਦੇ ਵਿੱਚ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਸਾਈਬਰ ਕ੍ਰਾਈਮ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਐਸਡੀ ਕਾਲਜ ਤੇ ਡਾਕਟਰ ਰੁਪਿੰਦਰ ਤੋਂ ਜੋ ਕਿ ਇਸ ਟੀਮ ਨੂੰ ਹੈਡ ਕਰ ਰਹੇ ਨੇ ਮੈਮ ਤੁਸੀਂ ਚੰਡੀਗੜ੍ਹ ਪੁਲਿਸ ਦੇ ਨਾਲ ਇਸ ਟਾਈਮ ਕੰਮ ਕਰ ਰਹੇ ਹੋ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਤੇ ਕੀ ਲੱਗਦਾ ਹੈ ਤੁਹਾਨੂੰ ਕਿ ਕਿੰਨਾ ਵੱਡਾ ਹੈ ਸਾਈਬਰ ਕ੍ਰਾਈਮ ਦਾ ਦਾਇਰਾ ਮਾਮਾ ਸੀ ਐਕਚੁਅਲੀ ਰਹਿ ਹੀ ਸਾਈਬਰ ਵਰਲਡ ਵਿੱਚ ਰਹੇ ਆ ਇਟ ਇਜ਼ ਆਰ ਵੇ ਆਫ ਲਿਵਿੰਗ ਅਸੀਂ ਨੂੰ ਭਜ ਨਹੀਂ ਸਕਦੇ ਇਹ ਤੋਂ ਐਂਡ ਸਾਨੂੰ ਅਵੇਅਰ ਅਵੇਅਰ ਹੋਣ ਦੇ ਬਾਵਜੂਦ ਸਾਨੂੰ ਪਤਾ ਹੈ ਕਿ ਸਾਡੇ ਤੋਂ ਇਹ ਸਾਨੂੰ ਪ੍ਰੋਬਲਮਸ ਆਉਂਦੀਆਂ ਅਵੇਅਰ ਹੋਣ ਦੇ ਬਾਵਜੂਦ ਵੀ ਅਸੀਂ ਇਹਦੇ ਵਿਕਟਮ ਬਣ ਜਾਂਦੇ ਹਾਂ ਰਾਈਟ ਠੀਕ ਹੈ ਤੇ ਫਿਰ ਇਹ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਐਜ਼ ਅ ਸਿਟੀਜ਼ਨ ਕਿ ਅਸੀਂ ਸਾਰਿਆਂ ਨੂੰ ਨਾਲ ਚੱਲ ਕੇ ਸਟੂਡੈਂਟਸ ਦੇ ਨਾਲ ਇੰਸਟੀਟਿਊਸ਼ਨਸ ਦੇ ਨਾਲ ਅਥਾਰਟिटीज ਦੇ ਨਾਲ ਮਿਲ ਕੇ ਅਸੀਂ ਸਾਰੇ ਸਿਵਿਲਿਅਨਸ ਨੂੰ ਅਵੇਅਰ ਕਰੀਏ ਤੇ ਅਗਰ ਗੱਲ ਕਰੀਏ ਐਜ਼ ਅ ਸਾਈਬਰ ਇੰਟਰਨ ਕੀ ਲੱਗਦਾ ਤੁਹਾਨੂੰ ਕਿ ਵਾਟ ਆਰ ਦੋ ਸਾਈਬਰ ਕ੍ਰਾਈਮ ਜਿਹੜੇ ਬਹੁਤ ਜ਼ਿਆਦਾ ਟਾਈਮ ਚੱਲ ਰਹੇ ਨੇ ਸਭ ਤੋਂ ਜ਼ਿਆਦਾ ਮਾਮ ਇੱਕ ਜਿਵੇਂ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦੀ ਬਹੁਤ ਨਿਊਜ਼ ਆਉਂਦੀਆਂ ਜਿਹੜੇ ਰਿਟਾਇਰਡ ਆਫੀਸਰਸ ਨੇ ਉਹਨਾਂ ਨੂੰ ਬਹੁਤ ਫੇਸ ਕਰਨਾ ਪੈਂਦਾ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੋਈ ਕਾਲ ਆ ਜਾਂਦੀ ਹੈ ਉਹਨਾਂ ਤੋਂ ਡਿਟੇਲਸ ਮੰਗ ਲੈਂਦੇ ਆ ਸਾਰੀਆਂ ਤਾਂ ਉਹਨਾਂ ਉਹ ਆਪਣੀ ਡਿਟੇਲਸ ਦੇ ਦਿੰਦੇ ਆ ਅਵੇਅਰ ਨਹੀਂ ਹੁੰਦੇ ਸੋ ਸਾਡੀ ਡਿਊਟੀ ਇਹੀ ਹੈ ਕਿ ਅਸੀਂ ਜਿੰਨਾ ਹੋ ਸਕੇ ਸਭ ਨੂੰ ਅਵੇਅਰ ਕਰੀਏ ਸਾਨੂੰ ਵੇਰੀਅਸ ਪੁਲਿਸ ਸਟੇਸ਼ਨ ਅਲੋਟ ਕੀਤੇ ਜਾਂਦੇ ਆ ਉਹਦੇ ਆਸ-ਪਾਸ ਦਾ ਏਰੀਆ ਪਾਰਕ ਚ ਜਿਹਨੇ ਸਿਟੀਜ਼ਨ ਨੇ ਉਹਨਾਂ ਨੂੰ ਅਵੇਅਰ ਕਰੋ ਤਾਂ ਸਾਡਾ ਇਹੀ ਮੋਟਿਵ ਹੈ ਸਭ ਤੋਂ ਮਤਲਬ ਸਾਡਾ ਸ ਕਿ ਜਿੰਨਾ ਹੋ ਸਕੇ ਅਵੇਅਰ ਕਰੀਏ ਐਂਡ ਇਹ ਸਾਈਬਰ ਸਿਕਿਉਰਿਟੀ ਤੋਂ ਬਚਾ ਸਕੇ ਜਿੰਨਾ ਹੋ ਸਕੇ ਲੋਕਾਂ ਨੂੰ ਤੇ ਤੁਸੀਂ ਰੈਗੂਲਰਲੀ ਚੰਡੀਗੜ੍ਹ ਪੁਲਿਸ ਦੇ ਨਾਲ ਇਹ ਅਲੱਗ-ਅਲੱਗ ਏਰੀਆਸ ਚ ਜਾਂਦੇ ਹੋ ਜੀ ਤੇ ਕੀ ਲੱਗਦਾ ਤੁਹਾਨੂੰ ਕਿ ਕਿੱਥੇ ਲਾਕ ਕਰ ਰਹੇ ਨੇ ਲੋਕੀ ਕੀ ਉਹ ਸਾਈਬਰ ਕ੍ਰਾਈਮ ਦੇ ਵਿੱਚ ਆ ਜਾਂਦੇ ਨੇ ਕਿਤੇ ਨਾ ਕਿਤੇ ਅਵੇਅਰਨੈਸ ਵਾਲੇ ਪੁਆਇੰਟ ਨੂੰ ਜੇ ਐਕਸਟੈਂਡ ਕੀਤਾ ਜਾਏ ਤੇ ਲੋਕੀ ਕਿਤੇ ਨਾ ਕਿਤੇ ਅਨਅਵੇਅਰਨੈਸ ਦੇ ਸ਼ਿਕਾਰ ਰਹਿ ਜਾਂਦੇ ਨੇ ਤੇ ਇਸ ਨੂੰ ਕੋਪ ਅਪ ਕਰਨ ਵਾਸਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਆਪਣੀ ਰੀਚ ਵਧਾ ਰਹੇ ਹਾਂ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਆਪਾਂ ਟਵਿੱਟਰ ਤੇ ਐਕਟਿਵ ਆ ਇੰਸਟਾਗ੍ਰam ਤੇ ਐਕਟਿਵ ਆ YouTube ਤੇ ਐਕਟਿਵ ਆ ਆਪਾਂ ਸ਼ਾਰਟ ਵੀਡੀਓ ਕਲਿੱਪਸ ਜਾਂ ਡਿਜੀਟਲ ਪੋਸਟਰਸ ਜਾਂ ਕਿਸੇ ਵੀ ਤਰੀਕੇ ਨਾਲ ਆਪਾਂ ਲੋਕਾਂ ਨੂੰ ਵੇਅਰ ਕਰਨੇ ਆ ਅਤੇ ਇਹਦੇ ਤੋਂ ਕਾਫੀ ਸਾਨੂੰ ਰਿਪਲਾਈ ਬੈਕ ਵੀ ਆਉਂਦੇ ਕਿ ਅਸੀਂ ਸਾਨੂੰ ਵਾਕਈ ਕੁਝ ਸਿੱਖ ਨੂੰ ਮਿਲਿਆ ਹੈ ਅਤੇ ਇਹ ਇੱਕ ਵਾਕਈ ਇੱਕ ਪ੍ਰੋਡਕਟਿਵ ਤਰੀਕਾ ਨਿਕਲੇ ਹੈ ਕਿ ਲੋਕਾਂ ਨੂੰ ਕਿਵੇਂ ਅਵੇਅਰ ਕੀਤਾ ਜਾ ਸਕਦਾ ਕੈਮਰਾਮੈਨ ਗੁਰਜਨ ਸਿੰਘ ਦੇ ਨਾਲ ਪਵਿਤਕੌਰ ਜੀ ਮੀਡੀਆ ਚੰਡੀਗੜ੍ਹ